ਮੇਰੇ ਬੇਟਾ ਆ ਜਿੱਦਾਂ ਮੇਰਾ ਵੱਡਾ, ਉਹਦੇ ਦਾਣੇ ਨਹੀਂ ਆ ਰਹੇ ਹੈਗੇ। ਹਾਂਜੀ, ਪਹਿਲਾਂ ਮਿਲਦੇ ਸੀਗੇ ਸਾਨੂੰ, ਜਿੱਦਾਂ ਉਹਦੇ ਦਾਣੇ ਉਹਨਾਂ ਨੇ ਨਹੀਂ ਦਿੱਤੇ ਸਾਨੂੰ, ਜਿੱਦਾਂ ਉਹ ਕਹਿੰਦੇ ਪਿੱਛੇ ਤੋਂ ਤੁਹਾਡੇ ਬੰਦ ਹੋ ਗਏ ਦਾਣੇ। ਕਦੋਂ ਦੇ ਤੁਹਾਡੇ ਦਾਣੇ ਕੱਟੇ ਜੀ? ਇਸ ਵਾਰੀ ਜਿੱਦਾਂ ਕੱਟੇ ਆ। ਠੀਕ ਹੈ ਜੀ, ਤੁਸੀਂ ਉਹਨੂੰ ਗੱਲ ਕੀਤੀ ਕਿ ਕਿਉਂ ਕੱਟੇ? ਉਹ ਕਹਿੰਦੇ ਪਿੱਛੇ ਤੋਂ ਹੀ ਕੱਟ ਹੋ ਗਏ ਤੁਹਾਡੇ ਦਾਣੇ। ਕਰਦੇ ਕੀ ਹਾਲਾਤ ਹੈ, ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਜੀ? ਕਰਦੇ ਹਾਲਾਤ ਜਿੱਦਾਂ ਮੈਂ ਤਾਂ ਵਿਧਵਾ ਆ ਜਿੱਦਾਂ। ਹਾਂਜੀ, ਕਰਦੇ ਹਾਲਾਤ ਮੇਰੇ, ਮੈਂ ਤਾਂ ਕੱਪੜੇ ਸੀ ਕੇ ਆਪਣਾ ਗੁਜ਼ਾਰਾ ਕਰਦੀ ਹਾਂ। ਹਾਂਜੀ, ਇੱਕ ਪਾਸੇ ਸਰਕਾਰ ਕਹਿੰਦੀ ਜੀ ਸਭ ਨੂੰ ਦਾਣੇ ਮਿਲੂਗੇ ਘਰੋਂ ਘਰ, ਹਾਂਜੀ, ਦੂਸਰੇ ਪਾਸੇ ਇਹੋ ਜਿਹੇ ਜਿਹੜੇ ਲੋਕ ਹੈ ਦਾਣੇ ਸਾਡੇ ਖਾਈ ਜਾਂਦੇ ਆ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਮੈਂ ਸਰਕਾਰਾਂ ਨੂੰ ਤਾਂ ਕੀ, ਹੁਣ ਜਿਹੜੇ ਖਾਂਦੇ ਆ ਮੈਂ ਉਹਨਾਂ ਨੂੰ ਕਹੂੰਗੀ ਘਟੀਆ ਲੋਕ ਹੈ ਉਹ। ਹਾਂਜੀ, ਤੁਹਾਡੇ ਕਿਹਾ ਬਾਕੀਆਂ ਦਾ ਕਹਿਣਾ ਹੈ ਕਿ ਜਿਹੜੀ ਕਣਕ ਮਿਲਦੀ ਹੈ ਹਾਂਜੀ, ਪਰਚੀ ਦੇ ਉੱਤੇ ਦਾ ਗੱਲ ਪੂਰੇ ਮੈਂਬਰਾਂ ਦਾ ਨਾਮ ਦਿੱਤਾ ਜਾਂਦਾ ਹੈ ਹਾਂਜੀ, ਪਰ ਜਿਹੜੇ ਸਾਨੂੰ ਦਾਣੇ ਆ ਉਹ ਵਿੱਚੋਂ ਕੱਟ ਲਏ ਜਾਂਦੇ ਆ ਮੈਂਬਰ ਦੇ, ਉਹ ਆਪਣੀ ਪਰਚੀ ਦਿੰਦੇ ਆ ਕੱਟ ਕੇ ਸਾਨੂੰ, ਉਹ ਸਾਨੂੰ ਦੂਜੀ ਪਰਚੀ ਨਹੀਂ, ਕੰਪਿਊਟਰ ਵਾਲੀ ਪਰਚੀ ਨਹੀਂ ਦਿੰਦੇ, ਉਹ ਸਾਡੀ ਪਰਚੀ ਦੂਜਾ ਕਰਦੇ। ਨਹੀਂ ਉਹ ਪਰਚੀ ਸਾਨੂੰ ਦਿਖਾਉਂਦੇ ਹੀ ਨਹੀਂ, ਜਿਹੜੀ ਕੰਪਿਊਟਰ ਨਾਲ ਕੱਟਦੇ ਆ ਆਪਣੇ ਹੱਥ ਨਾਲ ਲਿਖ ਕੇ ਪਰਚੀ ਸਾਨੂੰ ਦਿੰਦੇ ਆ। ਕਿੰਨੇ ਦਾਣੇ ਮਿਲੇ ਤੁਹਾਨੂੰ? ਇਹ ਸਾਨੂੰ, ਮੈਨੂੰ ਇਸ ਵਾਰੀ 10 ਕਿਲੋ ਮਿਲੇ ਆ। ਕਿੰਨੇ ਮੈਂਬਰ ਹੋ? 3 ਮੈਂਬਰ ਆ। ਮੇਰਾ ਨਾਮ ਰੇਖਾ ਰਾਣੀ। ਕਿਹੜੇ ਪਿੰਡ ਤੋਂ ਜੀ? ਪਿੰਡ ਢੱਕੋ ਤੋਂ। ਅਜੇ ਕੀ ਮਾਮਲਾ ਜੀ? ਸਾਡੇ ਜਿੱਦਾਂ ਮੇਰੀ ਮੰਮੀ ਸੱਸ ਦੀ ਨਾ 2019 ਚ ਡੈਥ ਹੋਈ ਸੀਗੀ, ਉਹਨਾਂ ਦੇ ਨਾਂ ਤੇ ਦਾਣੇ ਆਉਂਦੇ ਹੈਗੇ ਆ ਪਰ ਸਾਨੂੰ ਦਿੰਦੇ ਨਹੀਂ ਹੈਗੇ। ਕਿੰਨੇ ਦਾਣੇ ਆਉਂਦੇ ਆ ਉਹਨਾਂ ਦੇ? ਜਿੱਦਾਂ ਸਾਡੇ ਜਿੱਦਾਂ 5 ਮੈਂਬਰ ਆ, ਸਾਨੂੰ 4 ਮੈਂਬਰਾਂ ਦੇ ਦਾਣੇ ਦਿੰਦੇ ਆ। ਕਿੰਨੇ ਚਿਰ ਤੋਂ ਉਹਨਾਂ ਦਾਣੇ ਆ ਰਹੇ? ਸਾਡੇ ਜਦੋਂ ਡੈਥ ਹੋਈ ਆ ਉਦੋਂ ਹੀ ਆਂਦੇ, ਸਾਨੂੰ ਦਿੰਦੇ ਨਹੀਂ ਹੈਗੇ ਦਾਣੇ, ਨਾ ਕੋਈ ਸਾਨੂੰ ਓਰੀਜਨਲ ਪਰਚੀ ਦਿੰਦੇ ਜਿਹੜੀ ਕੰਪਿਊਟਰ 'ਚ ਨਿਕਲਦੀ ਆ, ਸਾਨੂੰ ਹੱਥੀਂ ਪਰਚੀ ਕੱਟ ਕੇ ਦਿੰਦੇ, ਜਦੋਂ ਅਸੀਂ ਪਰਚੀ ਮੰਗਦੇ ਆ ਤਾਂ ਸਾਨੂੰ ਬੋਲਦੇ ਆ, ਪਰਚੀ ਨਹੀਂ ਦਿੰਦੇ ਜੀ। ਉਹਨਾਂ ਦੀ ਡੈਥ ਹੋ ਗਈ ਆ? ਹਾਂਜੀ, ਸਰਕਾਰ ਵੱਲੋਂ ਬੰਦ ਕੀਤੇ ਗਏ ਆ ਕਿ ਡੀਪੂ ਹੋਲਡਰ ਵੱਲੋਂ ਬੰਦ ਕੀਤੇ? ਡੀਪੂ ਹੋਲਡਰ ਵੱਲੋਂ ਬੰਦ ਕੀਤੇ, ਸਰਕਾਰ ਵੱਲੋਂ ਦਾਣੇ ਆਉਂਦੇ ਆ ਜੀ ਸਾਡੇ, ਸਰਕਾਰ ਵੱਲੋਂ ਆ ਰਹੇ। ਹਾਂਜੀ ਹਾਂਜੀ, ਸੁਰਿੰਦਰ ਕੌਰ ਦਾ ਨਾਮ ਵੀ ਮੈਂਸ਼ਨ ਹੈ। ਕਿੰਨੇ ਮੈਂਬਰ ਨੇ ਕਰਦੇ ਤੁਸੀਂ? ਅਸੀਂ 5 ਮੈਂਬਰ ਆ। ਠੀਕ ਹੈ, ਤੇ ਡੀਪੂ ਹੋਲਡਰ ਹੁਣ ਕਿੰਨੇ ਆ ਨੇ? 4 ਮੈਂਬਰਾਂ ਨੂੰ ਦਿੰਦੇ ਆ ਦਾਣੇ, ਇੱਕ ਮੈਂਬਰ ਦੇ ਦਾਣੇ ਖੁਦ ਰੱਖ। ਹਾਂਜੀ, ਇਹਦਾ ਕਾਰਨ ਹੈ ਜੀ, ਇਹ ਡੀਪੂ ਹੋਲਡਰ ਆ ਸਾਡੇ ਮਦਨ ਲਾਲ, ਤੇ ਉਹਦੀ ਜਿਹੜੀ ਮਤਲਬ ਕਿ ਜਿਹੜੀ ਉਹ 420 ਕਰ ਰਿਹਾ ਲੋਕਾਂ ਦੇ ਨਾਲ, ਉਹਦੇ ਅਸੀਂ ਇਹ ਏਵਸ ਚ ਇਕੱਠੇ ਹੋਏ ਆ। ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਇੱਕ ਜਿਹੜੀ ਤੁਹਾਡੇ ਸਾਹਮਣੇ ਪਰਚੀ ਸ਼ੋ ਹੋ ਰਹੀ ਆ, ਮੈਂ ਕੈਮਰਾਮੈਨ ਕਹਾਂਗਾ ਤੁਸੀਂ ਜ਼ੂਮ ਕਰਿਓ, ਮੱਖਣ ਸਿੰਘ ਸਾਡੇ ਅਣਵਿਆਹਤਾ ਬੰਦਾ ਹੈ ਜੀ, ਉਹਦੇ ਦੋ ਮਾਂ ਬਾਪ ਉਹਨਾਂ ਦੇ ਨਾਲ ਰਹਿੰਦੇ ਸੀਗੇ ਜੀ। ਉਹਨਾਂ ਦੇ ਬਾਪ ਦੀ ਡੈਥ ਹੋਈ ਨੂੰ 7-8 ਸਾਲ ਹੋ ਗਿਆ ਜੀ, ਤੇ ਮਾਤਾ ਦੀ ਡੈਥ ਹੋਈ ਨੂੰ 2-2.5 ਸਾਲ ਹੋ ਗਏ। ਠੀਕ ਹੈ ਜੀ, ਉਹਨੂੰ ਜਿਹੜੇ ਮਹੀਨੇ ਬਾਅਦ ਦਾਣੇ ਆਉਣੇ ਆ, ਆਉਂਦੇ 3 ਮੈਂਬਰਾਂ ਦੇ ਆ ਸਰਕਾਰ ਵੱਲੋਂ, ਤੇ ਉਹ ਦਿੰਦੇ ਉਹਨੂੰ 1 ਜਣੇ ਨੂੰ ਆ ਜੀ। ਜਦੋਂ ਇਹ ਬੰਦੇ ਉਹਨਾਂ ਦੇ ਨਾਲ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਡੀਪੂ ਹੋਲਡਰਾਂ ਨੂੰ ਤੇ ਹੋਰ ਜਿਹੜੇ ਡੀਪੂ ਹੋਲਡਰ ਦੇ ਪਿੰਡ ਦੇ ਵਿੱਚ ਚੇਲੇ ਚਪਟੇ ਆ, ਉਹ ਇਹਨਾਂ ਨੂੰ ਮੰਦਾ ਚੰਗਾ ਬੋਲਦੇ ਆ ਤੇ ਗਾਲੀ ਗਲੋਚ ਤੱਕ ਆਉਂਦੇ ਆ। ਉਸ ਤੋਂ ਬਾਅਦ ਦੂਸਰੇ ਪੇਜ ਦੇ ਉੱਪਰ ਮੈਂ ਤੁਹਾਨੂੰ ਦੱਸਦਾ, ਇਹ ਰਣਜੀਤ ਸਿੰਘ, ਹਰਪ੍ਰੀਤ ਕੌਰ, ਗੁਰਲੀਨ ਕੌਰ, ਗੁਰਿੰਦਰ ਸਿੰਘ, ਕੁਲਵੀਰ ਕੌਰ ਤੇ ਬਲਵਿੰਦਰ ਕੌਰ ਆ, ਇਹਨਾਂ ਦੇ ਪਰਿਵਾਰ ਦੇ ਵਿੱਚ ਦੋ ਬੇਟੀਆਂ ਦੀ ਸ਼ਾਦੀ ਹੋ ਗਈ ਤੇ ਇੱਕ ਉਹਨਾਂ ਦੇ ਮਦਰ ਐਕਸਪਾਇਰ ਹੋ ਗਏ। ਠੀਕ ਹੈ ਜੀ, ਮਦਰ ਐਕਸਪਾਇਰ ਹੋ ਗਿਆ ਉਹਦੇ ਵੀ ਦਾਣੇ ਆਉਂਦੇ ਨੇ, ਬੇਟੀਆਂ ਦੀ ਸ਼ਾਦੀ ਹੋ ਗਈ ਉਹਨਾਂ ਦੇ ਵੀ ਦਾਣੇ ਆਉਂਦੇ ਨੇ। ਠੀਕ ਹੈ ਜੀ, ਜਿਸ ਦਿਨ ਬੇਟੀਆਂ ਦੀ ਸ਼ਾਦੀ ਹੋਈ ਉਸ ਤੋਂ ਤੀਸਰੇ, ਚੌਥੇ ਦਿਨ, 5ਵੇਂ ਦਿਨ ਜਦੋਂ ਵੀ ਦਾਣੇ ਆਏ ਨਹੀਂ ਉਦੋਂ ਹੀ ਬੰਦ ਕਰ ਦਿੱਤੇ ਕਿ ਸਾਨੂੰ ਨਹੀਂ ਆਉਂਦੇ, ਲੇਕਿਨ ਉਹਨਾਂ ਦੀ ਲਿਸਟ ਦੇ ਵਿੱਚ ਅੱਜ ਵੀ ਦਾਣੇ ਆ ਰਹੇ ਨੇ। ਇਹਨਾਂ ਦੀ ਮਦਰ ਦੀ ਡੈਥ ਹੋਈ ਨੂੰ ਵੀ ਅਪਰੋਕਸੀਮੇਟਲੀ 3-4 ਸਾਲ ਹੋ ਗਏ ਨੇ, ਤੇ ਇੱਕ ਇਹਨਾਂ ਦੀ ਬੇਟੀ ਦੀ ਸ਼ਾਦੀ ਹੋਈ ਨੂੰ 2.5-3 ਸਾਲ ਹੋ ਗਏ, ਇੱਕ ਬੇਟੀ ਦੀ ਸ਼ਾਦੀ ਹੋਈ ਨੂੰ 1.5-2 ਸਾਲ ਹੋ ਗਏ ਨੇ। ਕੰਪਲੇਂਟ ਵਗੈਰਾ ਇਸ ਡੀਪੂ ਹੋਲਡਰ ਨੂੰ ਅਸੀਂ 1.5-2 ਸਾਲ ਪਹਿਲਾਂ 1 ਸਤੰਬਰ 2022 ਨੂੰ ਮੈਂ ਕਾਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੂੰ ਆਪਣੇ ਇਹਨਾਂ ਕਾਰਨਾਮਿਆਂ ਤੋਂ ਬਾਜ਼ ਆ ਜਾ, ਤੇ ਲੇਕਿਨ ਉਹਨੇ ਉਸ ਟਾਈਮ ਇਸ ਚੀਜ਼ ਦਾ ਮਤਲਬ ਕਿ ਇੱਕ ਮਾਫੀ ਟਾਈਪ ਮੇਰੇ ਨਾਲ ਗੱਲ ਕੀਤੀ ਕਿ ਕੋਈ ਗੱਲ ਨਹੀਂ, ਮੈਂ 1.5-2 ਮਹੀਨਿਆਂ 'ਚ ਸਾਰਾ ਸ਼ਾਰਟ ਆਊਟ ਕਰਕੇ ਜਿੰਨੇ ਵੀ ਕਿਸੇ ਦੇ ਦਾਣੇ ਨਹੀਂ ਆਉਂਦੇ ਉਹ ਮੈਂ ਦਊਂਗਾ, ਜਿਹੜੇ ਨਜਾਇਜ਼ ਆਉਂਦੇ ਉਹ ਮੈਂ ਘੱਟ ਦਊਂਗਾ।
ਠੀਕ ਹੈ ਜੀ। ਉਸ ਤੋਂ ਬਾਅਦ ਚਲੋ ਅਸੀਂ ਉਹਨੂੰ ਟਾਈਮ ਟੂ ਟਾਈਮ ਬਾਈ ਫੇਸ ਇੱਥੇ ਆਏ ਉਹਨੂੰ ਯਾਦ ਕਰਵਾਉਂਦੇ ਸੀਗੇ, ਲੇਕਿਨ ਕੱਲ੍ਹ ਜਦੋਂ ਉਸ ਇੱਥੇ ਦਾਣੇ ਦੇਣ ਆਇਆ ਅਤੇ ਅਸੀਂ ਉਹਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਦਾ ਬਿਹੇਵੀਅਰ ਜਿਹੜਾ ਸੀ ਸਾਡੇ ਨਾਲ ਬਹੁਤ ਹੀ ਨੈਗੇਟਿਵ ਸੀਗਾ। ਅਤੇ ਜਿਹੜੇ ਉਹਦੇ ਪਿੰਡ ਦੇ ਵਿੱਚ ਉਹਦੇ ਚੇਲੇ ਚਾਪਟੇ ਆ ਸਾਥੀ ਉਹਦੇ ਜਿਹੜੇ ਉਹਦੇ ਨਾਲ ਪਰਚੀਆਂ ਕੱਟਦੇ ਆ ਜਾਂ ਦਾਣੇ ਦਿੰਦੇ ਆ, ਮਤਲਬ ਖਾਣੇ ਵਾਲੇ ਆ ਉਹਦਾ ਹਿੱਸਾ ਨਾਲ ਰਲ ਕੇ, ਉਹਨਾਂ ਨੇ ਵੀ ਸਾਨੂੰ ਬਹੁਤ ਮੰਦਾ ਚੰਗਾ ਬੋਲਿਆ ਤੇ ਇਸੇ ਕਰਕੇ ਅਸੀਂ ਮੀਡੀਆ ਤੱਕ ਪਹੁੰਚ ਕੀਤੀ ਆ। ਕੰਪਿਊਟਰ ਦੀ ਪਰਚੀ ਆਉਂਦੀ ਆ, ਜਦੋਂ ਕੰਪਿਊਟਰ ਦੀ ਪਰਚੀ ਵਿੱਚੋਂ ਉਹਦੇ ਨਿਕਲਦੀ ਆ ਤਾਂ ਉਸ ਨੂੰ ਉਸੇ ਵੇਲੇ ਵਿਦ ਇਨ ਫਿਊ ਮਿਲੀ ਸੈਕਿੰਡ ਚੱਕ ਕੇ ਆਪਣੀ ਜੇਬ 'ਚ ਪਾ ਲੈਂਦਾ ਤੇ ਉਹਦੇ ਨਾਲ ਜਿਹੜਾ ਉਹਦਾ ਮਤਲਬ ਕਿ ਹਿੱਸੇਦਾਰ ਬੈਠਾ ਆ ਉਹ ਉਹਨੂੰ ਪਰਚੀ ਲਿਖ ਕੇ, ਮਤਲਬ ਇਹ ਪਰਚੀ ਪੰਜ ਮੈਂਬਰ 1 2 3 4 5 ਛੇਆਂ ਮੈਂਬਰਾਂ ਦੀ ਪਰਚੀ ਆਊਗੀ ਨਾ, ਛੇਆਂ ਮੈਂਬਰਾਂ ਦਾ ਨਾਮ ਆਊਗਾ, 6 5 30 ਕਿਲੋ ਦਾਣੇ ਆ ਗਿਆ ਇੱਕ ਮੰਥ ਦੇ, ਠੀਕ ਆ ਜੀ। ਉਹ ਕੀ ਕਰਦਾ, ਛੇਆਂ ਮੈਂਬਰਾਂ 'ਚੋਂ ਤਿੰਨਾਂ ਦਾ ਕੱਟ ਦਿੰਦਾ ਨਾਮ, 5 15 ਲਿਖ ਕੇ ਆਪਣੀ ਬਲੈਂਕ ਪਰਚੀ ਤੇ, ਛੋਟੀ ਪਰਚੀ ਤੇ ਉਹਦੇ ਉੱਪਰ ਉਹਨਾਂ ਨੂੰ ਰਾਊਂਡ ਕਰਕੇ ਫੜਾ ਦਿੰਦਾ। ਤੇ ਪਿੰਡ ਵਾਲੇ ਭੋਲੇ ਭਾਲੇ ਆ, ਇਹ ਉਹਨਾਂ ਦੇ ਠੱਗੀ ਦਾ ਸ਼ਿਕਾਰ ਹੋਈ ਜਾ ਰਹੇ ਆ। ਕਿੰਨੇ ਲੋਕ ਆ ਜਿਹੜੇ ਪਿੰਡ ਦੇ ਜਿਨ੍ਹਾਂ ਦਾ ਇਹੋ ਜਿਹਾ ਹੋ ਰਿਹਾ? ਮੌਕੇ ਤੇ ਤਕਰੀਬਨ 20-22 ਮੈਂਬਰ ਜਿਹੜੇ ਮੌਕੇ ਤੇ ਬੈਠੇ ਨੇ, ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕਿਸੇ ਦੇ ਵਿੱਚ 2 ਮੈਂਬਰ ਆ, ਕਿਸੇ ਦੇ ਵਿੱਚ 3 ਆ, ਕਿਸੇ ਦੇ ਵਿੱਚ 1 ਆ, ਉਹ ਨੇ। ਤੇ ਬਾਕੀ ਅਜੇ ਜਿਨ੍ਹਾਂ ਦੀ ਅਸੀਂ ਡਿਟੇਲ ਨਹੀਂ ਲਈ ਜਾਂ ਮੰਨ ਲਓ ਅਸੀਂ ਖੁੰਝ ਗਏ ਜਾਂ ਅਜੇ ਪਰਦੇ 'ਚ ਨੇ, ਉਹ ਰਹਿ ਚੁੱਕੇ ਨੇ। ਆਮ ਆਦਮੀ ਪਾਰਟੀ ਜਦੋਂ ਆਈ ਸੀ ਕਹਿੰਦੇ ਸੀ ਘਪਲੇ ਜਿਹੜੇ ਇਦਾਂ ਦੇ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾਊਗੀ, ਲੱਗਦਾ ਕਿ ਤੁਹਾਡੇ ਪਿੰਡ ਵਿੱਚ ਇਹੋ ਜਿਹਾ ਕੁਝ ਹੋਇਆ? ਦੇਖੋ ਜੀ, ਇਹ ਜਿਹੜਾ ਆਮ ਆਦਮੀ ਪਾਰਟੀ ਤੋਂ ਆਉਣ ਤੋਂ ਪਹਿਲਾਂ ਤੋਂ ਇਹ ਚੱਲ ਰਿਹਾ ਸੀ। ਜਿਸ ਦਿਨ ਆਮ ਆਦਮੀ ਪਾਰਟੀ ਆਈ ਆ ਪਹਿਲਾਂ ਵੀ ਅਸੀਂ ਕੋਸ਼ਿਸ਼ਾਂ ਕੀਤੀਆਂ ਸੀ, ਲੇਕਿਨ ਉਦੋਂ ਤਾਂ ਬਿਲਕੁਲ ਵੀ ਕਿਸੇ ਦੀ ਸੁਣਵਾਈ ਨਹੀਂ ਸੀ। ਲੇਕਿਨ ਹੁਣ ਅਸੀਂ ਜਦੋਂ ਫੂਡ ਇੰਸਪੈਕਟਰ ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੇ ਕੱਲ ਵੀ ਉਹਨੂੰ ਹੈਂਡ ਫਰੀ ਕਰਕੇ ਮੈਂ ਫੋਨ ਤੇ ਗੱਲ ਕੀਤੀ, ਉਹਨੇ ਉਹਨੂੰ ਤਾਕੀਦ ਕੀਤੀ ਕਿ ਜਿੰਨਿਆਂ ਦੇ ਦਾਣੇ ਪਿੰਡ 'ਚ ਆਉਂਦੇ ਆ ਸਾਰੇ ਵੰਡ ਕੇ ਆ, ਠੀਕ ਹੈ ਜੀ। ਫੂਡ ਇੰਸਪੈਕਟਰ ਸਾਹਿਬ ਬਹੁਤ ਵਧੀਆ ਨੇਚਰ ਦੇ ਨੇ, ਅਸੀਂ ਉਹਨਾਂ ਦਾ ਆਦਰ ਕਰਦੇ ਆ, ਇੱਜ਼ਤ ਕਰਦੇ ਆ, ਲੇਕਿਨ ਉਹ ਬੰਦਾ ਫੂਡ ਇੰਸਪੈਕਟਰ ਨੂੰ ਵੀ ਟਿੱਚ ਨਹੀਂ ਜਾਣਦਾ। ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਸਰਕਾਰ ਤੇ ਤਾਂ ਅਸੀਂ ਤਾਂ ਯਕੀਨ ਕਰਾਂਗੇ ਇਸ ਘਪਲੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ। ਇਹ ਇੱਕ ਪਿੰਡ ਦਾ ਮਸਲਾ ਨਹੀਂ, ਸਾਡਾ ਤਾਂ ਪਿੰਡ ਬਹੁਤ ਛੋਟਾ ਜਿਹਾ ਹੈ ਜੀ, ਇਸ ਇੱਕ ਇੱਕ ਬਲਾਕ ਦੇ ਵਿੱਚ ਕਰੋੜਾਂ ਰੁਪਏ ਦਾ ਘਪਲਾ, ਔਰ ਪੂਰੇ ਪੰਜਾਬ ਦੇ ਵਿੱਚ ਇਹ ਕਰੋੜਾਂ ਤੋਂ ਅਰਬਾਂ ਤੱਕ ਪਹੁੰਚੇਗਾ, ਔਰ ਇਹ ਸਰਕਾਰ ਨੂੰ ਹੀ ਚੂਨਾ ਲੱਗ ਰਿਹਾ। ਕਿਦਾਂ ਦੇਖਦੇ ਹੋ ਕਿ ਸਰਕਾਰ ਕਹਿੰਦੀ ਸੀ ਕਿ ਕਣਕ ਦੀ ਬਜਾਏ ਅਸੀਂ ਘਰ ਘਰ ਆਟਾ ਦਵਾਂਗੇ, ਉਹ ਦੇਖੋ ਜੀ ਸਰਕਾਰ ਜਦੋਂ ਦੇਣ ਆਵੇਗੀ ਉਹ ਲਾਭਪਾਤਰੀਆਂ ਦੀ ਮਰਜ਼ੀ ਆ ਵੀ ਉਹਨਾਂ ਨੇ ਰਾਸ਼ਨ ਲੈਣਾ ਆ, ਕਿਉਂਕਿ ਅਸੀਂ ਤਾਂ ਕਹਿ ਲਓ ਵੀ ਪਿੰਡ ਦੇ ਵਿੱਚ ਇੱਕ ਸਮਾਜ ਸੇਵਾ ਵਾਲੇ ਆ, ਸਾਨੂੰ ਨਾ ਅਸੀਂ ਇਸ ਚੀਜ਼ ਦੇ ਵਿੱਚ ਮਤਲਬ ਕਿ ਲਾਭਪਾਤਰੀ ਆ ਤੇ ਨਾ ਹੀ ਕਿਸੇ ਨੂੰ ਕੁਛ ਕਹਿਣ ਸੁਣਨ ਦੇ ਵਿੱਚ। ਲਾਭਪਾਤਰੀ ਜਿਸ ਤਰ੍ਹਾਂ ਚਾਹੁਣਗੇ ਇਹਨਾਂ ਨੂੰ ਮਿਲ ਜਾਏਗਾ, ਬਹੁਤ ਵਧੀਆ ਜੀ। 7-8 ਸਾਲਾਂ ਤੋਂ ਘਪਲਾ ਹੋ ਰਿਹਾ, ਤੁਹਾਡੇ ਧਿਆਨ ਦੇ ਵਿੱਚ ਕਿੱਦਾਂ ਇਹ ਮਾਮਲਾ ਆ? ਸਾਡੇ ਧਿਆਨ ਦੇ ਵਿੱਚ ਮਾਮਲਾ ਸਰ, ਮੈਂ ਇਹਨਾਂ ਗੱਲਾਂ ਦੇ ਲਈ ਐਕਟਿਵ ਰਹਿੰਦਾ ਕਿ ਚਲੋ ਕਿਸੇ ਦਾ ਹੱਕ ਨਾ ਖਾਧਾ ਜਾਵੇ, ਕੋਈ ਕਿਸੇ ਦਾ ਹੱਕ ਨਾ ਖਾਵੇ। ਤੇ ਜਦੋਂ ਮੈਨੂੰ ਪਿੰਡ ਦੇ ਵਿੱਚੋਂ ਤਕਰੀਬਨ ਸੂਹ ਮਿਲਦੀ ਸੀ ਕਿ ਉਹ ਓਰੀਜਨਲ ਪਰਚੀ ਨਹੀਂ ਦਿੰਦੇ, ਜਦੋਂ ਓਰੀਜਨਲ ਪਰਚੀ ਤੋਂ ਮੁੱਕਰ ਗਿਆ ਤਾਂ ਮੈਨੂੰ ਉਸ ਤੋਂ ਸ਼ੱਕ ਹੋਈ ਕਿ ਜੇ ਅਗਰ ਓਰੀਜਨਲ ਪਰਚੀ ਤੋਂ ਮੁੱਕਰਦੇ ਆ ਤਾਂ ਕੋਈ ਨਾ ਕੋਈ ਘਪਲਾ ਆ। ਫਿਰ ਪੰਜਾਬ ਸਰਕਾਰ ਭਾਰਤ ਸਰਕਾਰ ਦੀ ਇਹ ਵੈਬਸਾਈਟ ਆ ਜੀ ਮੇਰਾ ਰਾਸ਼ਨ, ਅਸੀਂ ਉਹਦੇ ਤੇ ਜਦੋਂ ਡਿਟੇਲ ਭਰੀ ਆ ਤੇ ਆ ਸਾਰੀ ਡਿਟੇਲ ਤੁਹਾਡੇ ਸਾਹਮਣੇ ਆ ਜੀ। ਆ ਦੇਖੋ, ਇਹ ਮੱਖਣ ਸਿੰਘ ਅਖੜਾ ਹੋ, ਮੱਖਣ ਸਿੰਘ ਦੇ ਮਾਂ ਬਾਪ ਨੂੰ ਮੁੱਕੇ ਹੋਏ ਨੂੰ, ਤਰਸੇਮ ਸਿੰਘ ਨੂੰ 8-10 ਸਾਲ ਹੋ ਗਏ ਨੇ, ਚਰਨ ਕੌਰ ਨੂੰ ਵੀ 1.5-2 ਸਾਲ ਹੋ ਗਏ ਨੇ। ਮੈਂ ਇਸ ਬੰਦੇ ਨੂੰ ਪਰਸਨਲੀ ਜਾਣਦਾ, ਇਹ ਮੇਰਾ ਸੀਰੀ ਵੀ ਰਿਹਾ, ਠੀਕ ਹੈ ਜੀ। ਇਹਨੇ ਮੇਰੇ ਕੋਲ ਆ ਕੇ ਵੀ ਦੁੱਖੜੇ ਰੋਣੇ ਕਿ ਭਾਜੀ ਮੈਨੂੰ ਲੱਗਦਾ ਕਿ ਮੰਮੀ ਡੈਡੀ ਦਾ ਇਹਨਾਂ ਨੇ ਰਾਸ਼ਨ ਕਾਰਡ 'ਚੋਂ ਨਾਮ ਨਹੀਂ ਕੱਟਿਆ, ਠੀਕ ਹੈ ਜੀ। ਤੇ ਹੁਣ ਤੁਸੀਂ ਤੂੰ ਵੀ ਦੱਸ ਮੱਕੜ, ਕਿੰਨੇ ਦਾਣੇ ਮਿਲਦੇ ਤੈਨੂੰ 1 ਮਹੀਨੇ ਦੇ? 5 ਕਿਲੋ। ਹਾਂ, ਇਹਦੇ 15 ਕਿਲੋ ਬਣਦੇ ਨੇ, ਇਹਨੂੰ 5 ਕਿਲੋ ਮਿਲਦੇ ਨੇ, ਤੁਸੀਂ ਹੁਣ 10 ਸਾਲ ਦਾ ਹਿਸਾਬ ਲਾ ਲਓ ਕਿੰਨੇ ਬਣਦੇ ਆ ਜੀ। ਤੇ ਜੀ ਮੱਕੜ ਸਿੰਘ ਇਹਨੂੰ ਕਿਹਾ ਕਿ ਮੇਰੇ ਜਿਹੜੇ ਮਦਰ ਫਾਦਰ ਮੁੱਕ ਗਏ ਉਹਨਾਂ ਦੇ ਦਾਣੇ ਕੱਟੋ। ਹਾਂਜੀ, ਕੀ ਕਹਿਣਾ? ਕਿ ਉਹ ਕਹਿੰਦੇ ਕੱਟੇ ਗਏ ਜੀ ਤੁਹਾਡੇ ਮਦਰ ਫਾਦਰ ਦੇ। ਜੇਕਰ ਫਿਰ ਵੀ ਹੱਲ ਹੋ, ਤੁਸੀਂ ਇਹਦਾ ਮੁੱਦਾ ਚੱਕਿਆ, ਜੇਕਰ ਨਹੀਂ ਕੋਈ ਹੱਲ ਹੁੰਦਾ ਤਾਂ ਕੀ? ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਜੀ, ਅਸੀਂ ਦੇਖਾਂਗੇ 2-4-10 ਦਿਨ ਸਰਕਾਰ ਕੀ ਕਰਦੀ ਆ, ਵਿਜੀਲੈਂਸ ਜਾਂਚ ਕੀ ਕਰਵਾਉਂਦੀ ਆ ਦੀ, ਤੇ ਉਸ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਆ, ਠੀਕ ਹੈ ਜੀ। ਜਿੰਨੇ ਵੀ ਆ, ਡੀਪੂ ਹੋਲਡਰ ਆ, ਡੀਪੂ ਹੋਲਡਰ ਦੇ ਚੇਲੇ ਚਾਪਟੇ ਆ,
ਪਿੰਡ ਦੇ ਵਿੱਚੋਂ ਇੱਕ ਹੋਵੇ, ਦੋ ਹੋਵੇ, ਤਿੰਨ ਹੋਵੇ, ਚਾਰ ਹੋਣ, ਉਸ ਤੋਂ ਬਾਅਦ ਫੂਡ ਸਪਲਾਈ ਮਹਿਕਮੇ ਦਾ ਕੋਈ ਅਫਸਰ ਹੋਵੇ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ। ਉਸ ਤੋਂ ਬਾਅਦ ਅਗਰ ਫੂਡ ਸਪਲਾਈ ਮਹਿਕਮੇ ਦੇ ਅਫਸਰ ਗਵਾਹੀ ਦਿੰਦੇ ਆ ਕਿ ਸਾਡੇ ਨਾਲ ਕੋਈ ਮੰਤਰੀ ਸੰਤਰੀ ਕੋਈ ਵੀ ਆ ਇਹਦੇ ਵਿੱਚ ਹਿੱਸੇਦਾਰ, ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ।